ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਤੁਹਾਡੇ ਸਭ ਨਾਲ ਹਾਜ਼ਰ ਹਾਂ। ਕੀ ਹਾਲ ਚਾਲ ਤੁਹਾਡਾ ਸਭ ਦਾ? ਹੋਪ ਸੋ ਸਾਰੇ ਵਧੀਆ ਹੀ ਹੋਵੋਗੇ, ਮੈਂ ਵੀ ਵਧੀਆ। ਕਰਦੇ ਹਾਂ ਅੱਜ ਦੇ ਬਲੌਗ ਦੀ ਸਟਾਰਟਿੰਗ, ਚੱਲਦੇ ਹਾਂ ਸ਼ੋਪ 'ਤੇ, ਸ਼ੋਪ 'ਤੇ ਜਾ ਕੇ ਫਿਰ ਤੁਹਾਨੂੰ ਮਿਲਦੇ ਹਾਂ। ਹਾਂ, ਕੀ ਹੋ ਗਿਆ? ਕਿਆ ਹੋਊਗਾ, ਕਿਆ ਹੋਊਗਾ ਤੇਰੇ ਕੋਲ? ਹਾਂ ਤੂੰ 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 ਕੀ ਚਾਹੀਦਾ? ਸਾਰੀ ਰਾਤ ਤਾਂ ਚੱਲਦਾ ਹੀ ਆ, ਹੁਣ ਬੰਦ ਤਾਂ, ਹੁਣ ਤੈਨੂੰ ਗੁੱਸਾ ਆ ਰਿਹਾ? ਸਾਡੀ ਫੈਮਿਲੀ ਦਾ ਇੱਕ ਹੋਰ ਸਦੱਸਯ। ਓਏ ਫਫੀ, ਓਏ ਫਫੀ, ਕੁਚੂ 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 ਕੁਚੂ। ਦੇਖੋ ਫਲਫੀ ਦੇ ਕੰਮ ਆ, ਕੀ ਕੀਤਾ ਵਾ, ਕੀ ਕੀਤਾ, ਕੀ ਕਰਿਆ, ਦੱਸ ਕੀ ਕਰਿਆ, ਕੀ ਕੀਤਾ, ਇਹ ਕਰੇਗਾ ਕਦੋਂ? ਇਹ ਬਸ ਐਸੇ ਲੱਛਣ ਬੜੇ ਪਿੱਟਦਾ ਵਾ ਇਹ। ਜੇ ਕਿਸੇ ਨੂੰ ਇਲਾਜ ਪਤਾ ਕੋਈ ਇਹਨਾਂ ਚੀਜ਼ਾਂ ਦਾ, ਕੋਈ ਗੋਲੀਆਂ ਗਾਲੀਆਂ ਪਤਾ ਤਾਂ ਦੱਸੋ ਯਾਰ, ਬੜੀਆਂ ਚੀਜ਼ਾਂ ਪਾੜਦਾ ਵਾ ਇਹ, ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਓਏ ਫਲਫੀ, ਓਏ ਠੰਡ ਜ਼ਿਆਦੇ ਆ, ਦਿਨੋਂ ਦਿਨ ਠੰਡ ਵੱਧਦੀ ਜਾ ਰਹੀ ਆ। ਕਹਿੰਦੇ ਆ ਲੋਹੜੀ ਤੋਂ ਬਾਅਦ ਠੰਡ ਘੱਟ ਜਾਂਦੀ ਆ, ਪਰ ਲੋਹੜੀ ਤੋਂ ਬਾਅਦ ਤਾਂ ਠੰਡ ਹੋਰ ਤੇਜ਼ ਹੋ ਗਈ ਆ, ਰੋਜ਼ ਥੋੜ੍ਹੀ ਨਾ ਥੋੜ੍ਹੀ ਵੱਧਦੀ ਜਾਂਦੀ ਪਈ ਆ, ਰੋਜ਼ ਥੋੜ੍ਹੀ ਥੋੜ੍ਹੀ ਵੱਧਦੀ ਜਾ ਰਹੀ ਆ। ਸਤਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ, ਮਿਹਰ ਕਰਿਓ, ਤਰੱਕੀਆਂ ਬਖਸ਼ੋ, ਬੰਦਾ ਕਰ। ਪਹੁੰਚ ਕੇ ਹਾਂ ਦੁਕਾਨ 'ਤੇ, a few moments later. ਕਿੱਧਰ ਜਾਣਾ? ਘੁੰਮਣ ਸਿਸੂ ਚੱਲਦੇ ਆ। ਸਿਸੂ ਸਿਸੂ ਚੱਲਦੇ ਆ। ਆਹ ਜੈ ਜੀ, ਆਪਾਂ ਉੱਥੇ ਜਾ ਕੇ ਸ਼ਿਮਲੇ ਜਾ ਕੇ ਭੋਰਤੀ, ਉਹ ਜੀ ਸਿਸੂ ਜਾ ਕੇ ਭੋਰ ਦਾਂਗੇ। ਨਾ ਨਾ ਵੀਰੇ, ਸ਼ਿਮਲੇ ਦਾ ਕੱਲ ਮਹੂਰ ਸੀਗਾ, ਫੁੱਲ ਯਾਰ, ਆਈ ਫੁੱਲ ਸਿਸੂ ਤੇ ਬਰਫ ਪੈ ਹੋਈ, ਉੱਥੇ ਜਾਣਾ ਹੋਇਆ। ਸਿਸੂ ਚੱਲਦੇ ਆ, ਸਿਸੂ। ਬਰਫ ਬਰਫ ਨਹੀਂ ਮਰਾਏ ਆ ਆਪਾਂ ਵੀਰੇ, ਹੋਰ ਕਿਸੇ ਚੀਜ਼ ਨੇ ਨੀ ਮਰਾਏ ਸੀ ਆਪਾਂ ਸ਼ਿਮਲੇ ਵਾਲੇ ਟ੍ਰਿਪ ਤੇ। ਚੌਥੇ ਦਿਨ ਕਿੱਥੇ, ਫੇਰ ਤਾਂ ਵਾਪਸੀ ਲਵੇ ਬੰਦਾ, ਲੈ ਜਾਣਾ ਫਿਰ ਟੋਪੀ ਦੇ, ਚਲੀਏ ਫਿਰ ਕਿੱਥੇ? ਸ਼ੀਸ਼ੂ 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 ਹੈ ਕਿੱਥੇ ਆ? ਉਹ ਤਾਂ ਅੱਗੇ ਅਟਲ ਟਨਲ ਲੰਘ ਕੇ, ਮਨਾਲੀ ਤੋਂ। ਅੱਛਾ, ਉਹ ਲੈ ਜਾਣੇ ਰਸਤੇ ਜੀ ਉਹਦਾ? ਹਾਂਜੀ ਹਾਂਜੀ, ਅਟਲ ਟਨਲ ਲੰਘ ਕੇ ਫੁੱਲ ਨਜ਼ਾਰੇ ਤੇ ਹੁਣ ਚੱਲਾਂਗੇ, ਪਹੁੰਚ ਜਾਵਾਂਗੇ ਸ਼ਾਮ ਤੱਕ। ਨਹੀਂ ਯਾਰ, ਉੱਥੇ ਤਾਂ ਫਿਰ ਐ ਆ ਟ੍ਰਿਪ, ਜੇ ਇੰਨੀ ਦੂਰ ਜਾਣਾ ਵਾ, ਮੈਂ ਤਾਂ ਮਨਾਲੀ ਨੂੰ ਕਹਿਣਾ ਵਾ ਕਿ ਹਫਤਾ ਖੰਡ ਹੋਣਾ ਚਾਹੀਦਾ, ਸਿਸੂ ਤਾਂ ਫੇਰ ਸੜਾ ਗਾਂ ਚਲੇਗਾ। ਉਹ ਕਿੰਨਾ, 18 ਕਿਲੋਮੀਟਰ ਅੱਗੇ ਆ, ਉੱਥੇ ਜਾ ਕੇ ਜੰਮਾਂਗੇ ਵੀ ਆਪਾਂ। ਘੱਟੋ ਘੱਟ ਹਫਤੇ 10 ਦਿਨ ਦਾ ਟ੍ਰਿਪ ਚਾਹੀਦਾ ਜਾਣਾ। ਮੇਰੇ ਫਿਰ ਦੁਕਾਨ ਨਹੀਂ, ਮੇਰੇ ਫੋਨ ਬੰਦ ਕਰੂਗਾ। ਬਾਪੂ ਸ਼੍ਰੀ ਹੈਗੇ ਨੇ ਦਿਹਾੜੀ ਖਰਚਾ? ਨਹੀਂ ਫਿਰ ਉਹ ਤਾਂ ਵੀਰੇ, ਫਿਰ ਇੰਨਾ ਕੁ ਤਾਂ ਕਰਨਾ ਹੀ ਪੈਣਾ ਵਾ, ਕਿਉਂਕਿ ਏਡੀ ਦੂਰ ਜਾਣ ਦਾ ਫਾਇਦਾ ਤਾਂ ਹੀ ਆ ਨਾ, ਕੈਂਪਿੰਗ ਕੂੰਪਿੰਗ ਕਰੇ ਬੰਦਾ ਉੱਥੇ। ਕੈਂਪਿੰਗ 4 ਦਿਨਾਂ 'ਚ ਬੰਦਾ ਆਰਾਮ ਨਾਲ ਉੱਥੇ ਇੰਜੋਏ ਕਰ ਸਕਦਾ ਪੂਰੇ, ਫੁੱਲ ਇੰਜੋਏ, ਇੱਕ ਦਿਨ ਜਾਣ ਇੱਕ ਦਿਨ ਆ, ਕਿਉਂਕਿ ਜਿੰਨੀ ਬਰਫ਼ ਇਸ ਟਾਈਮ ਪੈ ਰਹੀ ਹੈ ਨਾ ਉੱਥੇ, ਸਾਰੇ ਐਡਵੈਂਚਰ ਨਹੀਂ ਕਰਾ ਰਹੇ ਹੋ। ਐਡਵੈਂਚਰ ਤਾਂ ਆਪਾਂ ਕਰਨ ਵਾਲੇ ਆ, ਐਡਵੈਂਚਰ ਤਾਂ ਪਾਪ ਹੀ ਕਰ ਦੇਣੇ ਆ। ਐਡਵੈਂਚਰ ਹੈ ਕਿਹੜੀ ਗੱਲ ਆ, ਸਨੋਮੈਨ ਨਾਲ ਜੱਫੀਆਂ ਪਾ ਪਾ ਕੇ ਜਦੋਂ ਕਰਾਈਆਂ ਨਾ ਫੋਟੋਆਂ, ਸਨੋਮੈਨ ਆਪਾਂ ਆਪਣਾ ਤਿਆਰ ਕਰਾਂਗੇ। ਜਿਹੜੀ ਤੈਨੂੰ ਵੀਡੀਓ ਭੇਜੀ ਸੀ,
ਗੁਲਾਬਾ ਕਿਤੇ ਹੋਰ ਚਲਾ ਜਾਂਦਾ ਵਾ। ਚਲੋ ਚੱਲਦੇ ਆ ਫਿਰ। ਚਲੋ ਚਲੋ ਚਾਰ ਦਿਨਾਂ ਬਣਾ ਲੋ। ਚਲੋ ਮੈਂ ਤਿਆਰ ਹੁਣ ਤਾਂ ਆਪਾਂ ਕਹਿ ਦੇਣਾ ਆਪਾਂ ਵੀ ਤਿਆਰ ਵਾਪਸ ਹੀ ਭੇਜ ਦੇਣਗੇ। ਹਾਂ ਚਲੋ ਨਾ ਕਰਦੇ। ਚਲੋ ਚਲੀਏ। ਚਲੋ ਫਿਰ ਕਰਦੇ ਆ ਸਵੇਰੇ ਚਲੀਏ। ਨਹੀਂ ਰਾਤੀ ਨਿਕਲਦੇ ਆ। ਰਾਤੀ ਰਾਤੀ ਨਿਕਲਦੇ ਆ। ਅੱਜ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਵਾਪਸ ਮੁੜ ਆਏ। ਨਹੀਂ ਸੋਮਵਾਰ ਨਿਕਲਦੇ ਆ। ਸੋਮਵਾਰ ਚੱਲਣਾ ਜੀ। ਐਤਵਾਰ ਰਾਤੀ। ਐਤਵਾਰ ਰਾਤੀ ਨਿਕਲ ਲੋ। ਐਤਵਾਰ ਰਾਤੀ ਕਰਦੇ ਆ ਗੱਲ ਕਰੇ ਚੱਲ ਕੇ। ਚੱਲ ਐਤਵਾਰ ਰਾਤੀ ਸੋਮਵਾਰ ਮੰਗਲਵਾਰ ਬੁੱਧਵਾਰ ਚਲੋ ਘਰੇ ਜਾ ਕੇ ਕਰਦੇ ਆ ਗੱਲ। ਮੈਂ ਤੇ ਗੰਗਾ ਖਾਣ ਚੱਲੇ ਆ ਸਮੋਸੇ। 12 ਤਰੀਕੇ ਸਮੋਸੇ ਨੇ ਉਹਦੇ ਕੋਲ ਕਹਿੰਦੇ ਨਵਾਂ ਖੁੱਲਿਆ ਕੰਮ ਜਾ ਕੇ ਦੇਖਦੇ ਆ ਕੀ ਬਣਦਾ ਫਿਰ ਦੱਸਦੇ ਆ ਤੁਹਾਨੂੰ। ਪਹੁੰਚ ਗਏ ਦੁਕਾਨ ਤੇ ਦੇਖਦੇ ਆ ਕੀ ਵਰਾਇਟੀ ਆ। ਸਮੋਸੇ ਪਾਇਆ ਹੋਇਆ ਵਿੱਚ ਗਰਮ ਗਰਮ ਸਮੋਸੇ ਆਉਂਦੇ ਆ ਫਿਰ ਖਾਂਦੇ ਆ। ਸਮੋਸਾ ਕਿੰਗ ਇੰਨੇ ਤਰ੍ਹਾਂ ਦੇ ਬਾਈ ਕੋ ਸਮੋਸੇ ਨੇ। ਢੋਲੇ ਵਾਲ ਗੇਟ ਦੇ ਕੋਲ ਬਾਈ ਦੀ ਦੁਕਾਨ ਆ। ਆਹ ਨੰਬਰ ਆ ਆਰਡਰ ਕਰ ਸਕਦੇ ਹੋ। ਸਬਸਕ੍ਰਾਈਬ ਲਿਖੇ ਆ ਰਿਹਾ ਉਹ 'ਤੇ ਕਲਿੱਕ ਕਰ ਦਿਓ। ਕੁਣੀ ਮੁੱਕਾ ਲੱਤ ਜੋ ਮਾਰਨਾ ਮਾਰ ਦਿਓ। ਉਹਦੇ ਨਾਲ ਬੈਲ ਆਈਕਨ ਵਾਲਾ ਬਟਨ ਆ ਉਹਨੂੰ ਕਲਿੱਕ ਕਰ ਦਿਓ ਤਾਂ ਜੋ ਤੁਹਾਨੂੰ ਸਾਡੇ ਪੋਸਟਾਂ ਦਾ ਪਤਾ ਲੱਗਦਾ ਰਹੇ ਤਾਂ ਤੁਸੀਂ ਟਾਈਮ ਸਿਰ ਦੇਖਦੇ ਰਹੋ। ਧੰਨਵਾਦ ਤੁਹਾਡਾ ਬਹੁਤ ਬਹੁਤ ਸਾਰਿਆਂ ਦਾ ਬਲੌਗ ਦੇਖਣ ਲਈ। ਸਤਿ ਸ਼੍ਰੀ ਅਕਾਲ ਜੀ।